टेडियां निशानियां सीने ला के रोइया ते डरा दे विच मैं चुप करके बह गई ओए पिछा मुड़ वे माया तेरी लोड़ पै गई ओए ऊंटा दे गले टलिया नी समीए ऊंटा दे गले टलिया नी समीए ऊंटा बाग लताड़िया नी समीए ऊंटा बाग लताड़िया नी समीए समी मेरी वार मैं वारी साड़ी पंजाबी कल्चर का हिस्सा उस विच सब तो पहले असी खाने वाली चीज़ों तो आगाज़ किया कि खाने वाली चीज़ा जिहड़ियां साडे पंजाबी कल्चर दे विच पिछे पाईआं जांदियां सी ਉਹ ਅੱਜ ਵੀ ਰੀਤਾਂ ਜਿਹੜੀਆਂ ਜ਼ਿੰਦਾ ਨੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਗਲਾਸ ਪਏ ਆ ਜੱਗ ਆ ਛਾਬੀਆਂ ਪਈਆਂ ਹੋਈਆਂ ਪਾਣੀ ਦਾ ਕੂਲਰ ਜਿਹੜਾ ਮਿੱਟੀ ਦਾ ਬਰਤਨ ਆ ਉਸੇ ਤਰ੍ਹਾਂ ਮੌਜੂਦ ਆ ਅਤੇ ਇਹ ਸਾਡਾ ਜ਼ਾਹਿਰ ਕਰਦਾ ਕਿ ਸਾਡਾ ਇੱਕ ਪੰਜਾਬੀ ਕਲਚਰ ਅਜੇ ਵੀ ਜ਼ਿੰਦਾ ਔਰ ਜ਼ਿੰਦਾ ਰਹੇਗਾ ਇਨਸ਼ਾਅੱਲਾ ਉਸ ਤੋਂ ਅਗਲੇ ਸਾਲ 'ਤੇ ਅਸੀਂ ਚੱਲਦੇ ਹਾਂ ਵੇਲੇ ਇੱਥੇ ਮੱਕੀ ਦੀ ਰੋਟੀ ਅਤੇ ਸਾਗ ਅਤੇ ਵਿੱਚ ਮੱਖਣ ਵੀ ਪਾਇਆ ਮੱਖਣ ਆ ਕਿ ਘਿਓ ਆ ਜੀ ਮੱਖਣ ਪਾਇਆ ਜੀ ਅੱਛਾ ਜੀ ਅਤੇ ਆਓ ਜੀ ਸਾਰੇ ਚੈੱਕ ਕਰਦੇ ਹਾਂ ਜੀ ਇਹਨੂੰ ਥੋੜ੍ਹਾ ਥੋੜ੍ਹਾ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮੁ ਅਲੈਕਮ ਸਤਿ ਸ਼੍ਰੀ ਅਕਾਲ ਪ੍ਰਣਾਮ ਤੁਹਾਨੂੰ ਲੈ ਕੇ ਹਾਜ਼ਰ ਹੋਏ ਹਾਂ ਜੀ ਚਿਸ਼ਤੀਆਂ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਦਰਸਗਾਹ ਗੌਰਮੈਂਟ ਮਾਡਲ ਹਾਈ ਸਕੂਲ ਚਿਸ਼ਤੀਆਂ ਦੇ ਵਿੱਚ ਅਤੇ ਦੋਸਤੋ ਇਸ ਸਕੂਲ ਦੇ ਵਿੱਚ ਪੰਜਾਬੀ ਕਲਚਰਲ ਸ਼ੋਅ ਹੋ ਰਿਹਾ ਅਤੇ ਉਹ ਦਿਖਾਉਣ ਵਾਸਤੇ ਤੁਹਾਨੂੰ ਲੈ ਕੇ ਆਏ ਹਾਂ ਅਤੇ ਨਾਲ ਤੁਹਾਨੂੰ ਦਿਖਾਵਾਂਗੇ ਕਿ ਸਾਡੀ ਉਹ ਪੰਜਾਬ ਦੀ ਮੁੱਕਦੀ ਹੋਈ ਗੁਆਚਦੀ ਹੋਈ ਸਕਾਫਤ ਦੇ ਰੰਗ ਜਿਹੜੇ ਕਿ ਮੁਖਤਲਿਫ ਨਮੂਨਿਆਂ ਦੇ ਤੌਰ 'ਤੇ ਮਾਡਲ ਬਣਾ ਕੇ ਪੇਸ਼ ਕੀਤੇ ਜਾਣਗੇ ਉਹ ਵੀ ਦਿਖਾਵਾਂਗੇ ਹਾਂਜੀ ਗੌਰਮੈਂਟ ਮਾਡਲ ਹਾਈ ਸਕੂਲ ਵਿੱਚ ਪਹੁੰਚ ਕੇ ਸਭ ਤੋਂ ਪਹਿਲੇ ਅਸੀਂ ਪਹੁੰਚੇ ਜੀ ਗੌਰਮੈਂਟ ਮਾਡਲ ਹਾਈ ਸਕੂਲ ਦੇ ਕਲਰਕ ਆਫਿਸ ਦੇ ਵਿੱਚ ਅਤੇ ਇੱਥੇ ਆ ਕੇ ਇਸ ਸਕੂਲ ਦੇ ਕਲਰਕ ਸਾਹਿਬਾਨ ਨੂੰ ਮਿਲੇ ਕਲਰਕ ਆਫਿਸ ਤੋਂ ਬਾਅਦ ਅਸੀਂ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਜਨਾਬ ਮੁਹੰਮਦ ਹੁਸੈਨ ਸਾਹਿਬ ਦੇ ਕਮਰੇ 'ਚ ਪਹੁੰਚੇ ਅਤੇ ਉਹਨਾਂ ਕੋਲ ਆ ਕੇ ਚਾਏ ਪਾਣੀ ਪੀਤਾ ਅਤੇ ਇੱਥੇ ਬੈਠ ਕੇ ਇੰਤਜ਼ਾਰ ਕੀਤਾ ਕਿ ਜਦੋਂ ਇਹ ਫੰਕਸ਼ਨ ਸ਼ੁਰੂ ਹੋਵੇਗਾ ਫਿਰ ਫੰਕਸ਼ਨ ਦੀ ਜਾ ਕੇ ਰਿਕਾਰਡਿੰਗ ਕਰਾਂਗੇ ਅਸਲਾਮ ਵਾਲੇਕੁਮ ਸਰ ਵਾਲੇਕੁਮ ਅਸਲਾਮ ਸਰ ਕੀ ਨਾਮ ਤੁਹਾਡਾ ਮੁਹੰਮਦ ਹਮਾਰੀਆ ਸਰ SSC ਬਿਆਲੋ ਜੀ ਦਾ ਟੀਚਰ ਹੈਗਾ ਮੈਂ ਇੱਥੇ ਅੱਛਾ ਗਵਰਨਮੈਂਟ ਮਾਡਲ ਹਾਈ ਸਕੂਲ ਦੇ ਵਿੱਚ ਮੇਰਾ ਤਾਲੁਕ ਹੈ ਚੱਕ ਨੰਬਰ 1 ਫੋਟੋ ਆ ਦੇਣਾ ਦੇਖੋ ਤੁਸੀਂ ਪੰਜਾਬ ਦੀ ਸਕਾਫਤ ਦੇ ਹਵਾਲੇ ਨਾਲ ਗੱਲ ਕੀਤੀ ਪੰਜਾਬ ਦੀ ਜਿਹੜੀ ਸਕਾਫਤ ਹੈ ਉਸ ਦੀ ਆਪਣੀ ਇੱਕ ਪਹਿਚਾਣ ਹੈ ਸਿਰਫ ਇੱਥੇ ਨਹੀਂ ਆਲਮੀ ਦੁਨੀਆ ਦੇ ਵਿੱਚ ਵੀ ਅਗਰ ਦੇਖਿਆ ਜਾਏ ਤਾਂ ਪੰਜਾਬ ਦੀ ਸਕਾਫਤ ਇੱਕ ਆਪਣਾ ਨਾਮ ਰੱਖਦੀ ਹੈ ਅਤੇ ਉਹ ਕਹਿੰਦੇ ਨੇ ਕਿ ਕਿਸੇ ਕੌਮ ਦੀ ਜਿਹੜੀ ਪਹਿਚਾਣ ਹੁੰਦੀ ਹੈ ਉਸਦੀ ਸਕਾਫਤ ਹੁੰਦੀ ਹੈ ਅਤੇ ਜਿਸਲ ਸਕਾਫਤ ਕੰਮ ਖਤਮ ਹੋ ਜਾਏ ਤਾਂ ਸਮਝੋ ਕੌਮ ਵੀ ਨਹੀਂ ਰਹੀ ਅਤੇ ਅੱਜ ਸਾਡੀ ਬਦਕਿਸਮਤੀ ਸਮਝ ਲਓ ਕਿ ਅਸੀਂ ਜਿਹੜਾ ਹੈ ਦੂਸਰੀ ਤਹਿਜ਼ੀਬਾਂ ਦੇ ਵਿੱਚ ਇਤਨੇ ਕੁ ਰੰਗ ਚੁੱਕੇ ਹਾਂ ਕਿ ਆਪਣੀ ਪੰਜਾਬੀ ਸਕਾਫਤ ਨੂੰ ਭੁੱਲ ਚੁੱਕੇ ਹਾਂ ਅਤੇ ਸਾਡੀ ਇਹ ਪੰਜਾਬੀ ਸਕਾਫਤ ਨੂੰ ਅਤੇ ਸਾਡੀ ਮਾਂ ਜਿਹੀ ਜ਼ਬਾਨ ਨੂੰ ਜਿਹੜਾ ਹੈ ਵਧਾਉਣ ਲਈ ਸਾਨੂੰ ਉਹਦੇ ਮਾਣ ਵਧਾਉਣ ਲਈ ਸਾਨੂੰ ਇਸ ਤਰ੍ਹਾਂ ਦੇ ਕਰਨੇ ਚਾਹੀਦੇ ਨੇ ਸਕੂਲਾਂ ਦੇ ਵਿੱਚ ਪ੍ਰੋਗਰਾਮ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਗਰਾਮ ਕਾਲਜਾਂ ਦੇ ਵਿੱਚ ਪ੍ਰੋਗਰਾਮ ਕਿ ਸਾਡੀ ਆਉਣ ਵਾਲੀ ਨਸਲ ਨੂੰ ਪਤਾ ਲੱਗੇ ਕਿ ਸਾਡੀ ਤਾਰੀਖ ਕੀ ਹੈ ਅਤੇ ਔਰ ਸਾਡਾ ਇੱਕ ਸਕਾਫਤ ਜਿਹੜੀ ਹੈ ਉਹ ਕੀ ਹੈ ਅਸਲ ਸਕਾਫਤ ਕੀ ਸੀ ਅਸਲ ਸਾਡੀ ਜ਼ਬਾਨ ਕੀ ਸੀ ਅਤੇ ਸਾਨੂੰ ਇਹ ਮਾਂ ਜਿਹੀ ਜ਼ਬਾਨ ਆਪਣੀ ਸਕਾਫਤ
अपनी रवायात जड़ियाँ ने वो लोगों तक पहुँचानी चाहिए ने। केस में ग्रामी तक राणा इरशाद मॉडल स्कूल जिसकी हैं एमपील की जज्बात था की तासरात था जेड़ा के बड़ी देर बाद एक जेड़ा ना पंजाब दे वेच एक बड़ी देर बाद की जी मैं ते जदों दा पढ़न लगे पढ़ाउण लगे हां पहली बार ये प्रोग्राम होया जिहदा गवर्नमेंट ने इहनू नाम दित्ता कल्चरल डे लेकिन मैं इहनू कहांगा कि सकाफती दिहाड़ा उस काफत जिन्हों असी भी भुलते जा रहे थी असी चीज़ा खोल के देखिया नवी नस्ल को पता ही नहीं वो खाण पीन वाली चीज़ा वो खेल वो जो सा इस्तेमाल दिया चीज़ा वो असं अपने बच्चों नू नाम लैंने साढ़े मुँह में देखने लग जाते कि ये की चीज़ है मतलब खेला च मतलब तुम खेलों के ही लै लो असं उन्होंने छटापू कहने कोकला छपाकी कहने पिट्ठू गर्म कहने मार कुटाई होंगी सी बंदर किला हों रात वांझू खेलना इन्होंने चीज़ों का बच्चों नाम लैंने साढ़े मुँह में इस तरह देखते जिस तरह अभी कोई मतलब ना बिल्कुल नवी जनरेशन नाल गल कर रहे हैं। इस तो अलावा खाण पीन वाली चीज़ा गंदलों का साग मक्खन मकई या वो इस्तेमाल दी चीज़ा जड़िया साड़िया वालदा साढ़े सामने चरखा कर दी सी चरखा हो गया पूनिया हो गई जिदा मिसाल भी देंगे भी अच्छे से पाइए तो पूनी भी नहीं कत्ती वो साढ़े बच्चों कंसैप्ट ही कोई नहीं या इस तो अलावा पीढ़ी हो गई चाटी मधाणी वो दुध रिड़कना वो चीज़ा या जिमीदारी के तलक रखने वाली जो योग असी बच्चों को कहने बच्चे किसी को भी नहीं पता सच पूछो तो असी हल पजारी लभन तुर पे हैं सानू पूरे शहर चो लभी नहीं ना योग का पजारी का हल का मुन्ने का लोहे वाला हल जंदरा ये चीज़ा बिल्कुल कई ये चीज़ा बच्चों वास्ते अननोन से अजनबी हो गई अच्छा सर ये इजाजत दो तो आप बिल पुछिए भी जो कहते पाइए जो पूरी भी नहीं करती किसी पूछिए जी नहीं पूछ लो नहीं पता होगा आई बच्चा खड़ा आप आगाज़ भी नहीं किया क्योंकि पाइए दियां वाह वड्डियां सब पूड़ियां बन जांदियां सी असीं ते चीज़ां देखियां ना खड़ा सिखां वाली पग बन के पता पूछ लो पता ही नहीं मतलब यानी असीं कहने कि बहुत अच्छा काम कर रहे हैं उहदे च कुछ भी नहीं किया कुछ भी नहीं किया जी सर अस्सलाम वालेकुम सर वालेकुम अस्सलाम सजाद यूनुस मेरा नाम है जी ते मॉडल हाई स्कूल च मैडम च हैगा इत्थे अच्छा जी ते ए जिहड़े दोस्त मेरे ने इन्होंने तुहानू पहले ही काफी कुछ दस दिता है ते मेरा तो ख्याल है भी इन्होंने जज्बात तो मेरे उही ने सेम इन्होंने उही चीज़ा ने जिहड़ियां इन्होंने दसियां ने उही चीज़ा मैं रिपीट करांगा तो गल उ है कि जी साड़ी मेरा ख्याल है कि मेरी तकरीबन 20 साल सर्विस हो चुकी है मैं अपनी सर्विस दे वेचे पहली दफ़ा ये जरा कल्चर डे देखा और बड़े अच्छे तरीके ना देखा चलो गवर्नमेंट नूं इहदा एहसास होया और उन्होंने एक इहदा आगाज़ किया तो बहुत अच्छी गल है सर और ये जिन्हें लोग आ बच्चे ने सारे उन्होंने कम अज कम जो पुरानिया चीज़ा ने वो बारे च इलम हो जाएगा ते अज ते इस कल्चरल शो का आगाज तलावत कुरानी मजीद नाल होया ते उस तो बाद ये स्कूल दे एक तालब इलम ने नात शरीफ पेश की थी। तुझ सा कोई आया नात शरीफ तो बाद इस स्कूल के तालब इल्मा ने पंजाब के लोक गीत पंजाबी रक्स लुटी ते भंगड़ा पेश किया आओ हुण तुहानू उहदे कुछ सीन दिखाने हैं। दिल दरिया समंदरों डूंगे अते कौन दिला दिया जाने विच्चे बेड़े ते विच्चे जड़े अते विच्चे वंज मुआरा
मन अटकया बेपरवाह दे नाल मन अटकया बेपरवाह दे नाल इस दिन दुनिया शाद नाल मन अटकया बेपरवाह दे नाल मेरा मन अटकया बेपरवाह दे नाल 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 मन अटकया बेपरवाह दे नाल मन अटकया बेपरवाह दे नाल ए मुल्ला काजी मत्ती देंदे मुल्ला काजी मत्ती देंदे खरे सियाने राड सेंदे खरे सियाने राड सेंदे इश्क किल गे राद नाल मन अटकया बेपरवाह दे नाल मेरा मन अटके बेपरवाह दे नाल 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 मन अटकया बेपरवाह दे नाल तैनू तकिया बिना नी दिल रजदा मोहल्ले विचों कुछ ना करी तैनू तकिया बिना नी दिल रजदा मोहल्ले विचों कुछ ना करी वे माया मोहल्ले विचों कुछ ना करी मेरे हर रंग राग सुरां विच वस गई है तेरी तस्वीर जिवें वारिस शाह ने इश्क डुब के लिख दित्ती ए हीर मेरे हर रंग राग सुरां विच वस गई है तेरी तस्वीर जिवें वारिस शाह ने इश्क डुब के लिख दित्ती ए हीर रंग इश्क दा चढ़िया मैं भी रंग जावा होया इश्क डूंगा मैं भी डुब जावा लोकी कहंदे ने ओ लोकी कहंदे ने रांझा मैनू अज दा महल्ले विचों कुछ ना करी तैनू तकिया बिना नी दिल रजदा महल्ले विचों कुछ ना करी चढ़े इश्क हुलारे मुड़ पट खा के जमीन ते मारे दिते ने सबनू लारे तू की विच खुदाया इश्क दे बदले शम्स जया ने इश्क दे बदले शम्स जया ने पुठिया खल्ला लुहाया तू की जाने सारी इश्क दी क्यों करना है विद्याया जेडे तंग हालात भी साढ़े सन उदा खर्चा घर अपड़ाई रखिया है भावें जेब इजाजत नहीं दिंदी पर उन्हें ईजी लोड कराई रखिया है सानू तो पता हुण चलिया कि उन्हें चक्कर शरीफ चलाई रखिया है पांच साल तो कर्जा लेंदा नहीं इंज कुंज के हाथ उस पाई रखिया है लोक गीत पेश कर दिया दसवीं क्लास है मोहम्मद अवैस
मेरा सोना अल्लाह गवाह है, मेरा सोना अल्लाह गवाह है, तैकू वेख्या दिन साए कर पूरी ए मनशाए। ओए निक्का जिहा ढोला सोना जिहा ढोला चिट्टा जिहा सूट न पाया कर, ओ इक गल मने वंज या साडा बन वंज या साडे शहर न आया कर। तू शमा ते मैं परवाना, तू शमा ते मैं परवाना, मैं हाँ तेरा यार दीवाना, रल टुर गए सार जमाना। ओए निक्का जिहा ढोला सोना जिहा ढोला चिट्टा जिहा सूट न पाया कर, ओ इक गल मने वंज या साडा बन वंज या साडे शहर न आया कर। मेहंदी नू चन अजमा लै, मेहंदी नू चन अजमा लै, जिथे शक हाई कसम चवा लै, बेशक अष्टाम लिखाल। ओ निक्का जिहा ढोला सोना जिहा ढोला चिट्टा जिहा सूट न पाया कर, ओ इक गल मने वंज या साडा बन वंज या साडे शहर न आया कर। असां तैकू कुछ समझाए तू कुछ समझेंदा ए, मेदी वंग वढोला रोंदी निमाणी ओए किथे जाके वसे आए, मेरे दिल दा जानी ओए किथे जाके वसे आए, मेरे दिल दा जानी तेरे प्यार विच मैं बदनाम होइया, तेडियां निशानियां सीने ला के रोइया, ते डरा दे विच मैं चुप करके बह गई ओए पिछा मुड़ वे माया, तेडी लोड़ पै गई ओए पिछा मुड़ वे माया, तेडी लोड़ पै गई ओए सामुक दे पए हिन, हुण मिल तू आके ओए सामुक दे पए हिन। भूल दे नहीं ढोला बचपन दे वेले, सोचा न फिकरा खुशियां दे वेले, दो रल के बाणा टाली दिछावें, साडे ना तू लिखना अपनी भी बाते, कोठे ते चढ़ के रात तक दी रह गई ओए पिछा मुड़ वे माया, तेडी लोड़ पै गई ओए सामुक दे पए हिन। अजला तू भैड़े साडे नसीबे, भूल दे नहीं ढोला पहले गरीबे, परदेस जाके ला ले तू डेरे, कसमा ते वादे झूठे नी तेरे, तेडी जुदाई जिंद साडी लै गई ओए पिछा मुड़ वे माया, तेडी लोड़ पै गई ओए पिछा मुड़ वे माया। शीशे दे घर तू पत्थर तू मारे, तू प्यार साडे ढोला वसारे, दानिश वे साकू बर्बाद की तई, सची दस बेदरदा कद याद की तई, अखां रज के रोइया जिंद सद में सह गई ओए पिछा मुड़ वे माया, तेडी लोड़ पै गई ओए सामुक दे पए हिन, हुण मिल तू आके ओए सामुक दे पए हिन। कई बुलबुल नगमे गांधी है।
ਕਈ ਬੁਲਬੁਲ ਨਗਮੇ ਗਾਉਂਦੀ ਆਈ ਬਾਗਾਂ ਦੀ ਮਸਤ ਬਹਾਰਾ ਸੇ ਅੱਜ ਮਣਕਾਂ ਮਣਕਾਂ ਥੀ ਗਿਆ ਏ ਕਦੀ ਯਾਰ ਦੇ ਗਲ ਦਾ ਹਾਰਾ ਸੇ ਤੇਰੇ ਕੋਲੋਂ ਦੂਰਾਂ ਢੋਲਣਾ ਮੈਨੂੰ ਨੀਂਦ ਨੀਆਂ ਦੀ ਰਾਤਾਂ ਨੂੰ ਹਾਏ ਰਾਤਾਂ ਨੂੰ ਮੈਂ ਖੇਡਾਂ ਮਜਬੂਰਾਂ ਢੋਲਣਾ ਜੇ ਮੈਂ ਤੇਰੇ ਕੋਲੋਂ ਦੂਰਾਂ ਢੋਲਣਾ ਮੈਨੂੰ ਨੀਂਦ ਨੀਆਂ ਦੀ ਰਾਤਾਂ ਨੂੰ ਹਾਏ ਰਾਤਾਂ ਨੂੰ ਜਦੋਂ ਲੋਕੀ ਰਾਤ ਨੂੰ ਸੌਂਦੇ ਨੇ ਸੰਮੀ ਮੇਰੀ ਵਾਰ ਮੈਂ ਵਾਰੀ ਮੈਂ ਵਾਰਿਆ ਨੀ ਸੰਮੀਏ ਸੰਮੀ ਮੇਰੀ ਵਾਰ ਮੈਂ ਵਾਰੀ ਮੈਂ ਵਾਰਿਆ ਨੀ ਸੰਮੀਏ ਚੰਨ ਦੀ ਰਾਤ ਦਾ ਚੰਨ ਲਾ ਨੀ ਸੰਮੀਏ ਚੰਨ ਦੀ ਰਾਤ ਦਾ ਚੰਨ ਲਾ ਨੀ ਸੰਮੀਏ ਅਸਾਂ ਤੇ ਦਿਲ ਨਹੀਂ ਲਾਵਣਾ ਸੰਮੀਏ ਅਸਾਂ ਤੇ ਦਿਲ ਨਹੀਂ ਲਾਵਣਾ ਸੰਮੀਏ ਸੰਮੀ ਮੇਰੀ ਵਾਰ ਮੈਂ ਵਾਰੀ ਮੈਂ ਵਾਰ ਸੰਮੀ ਮੇਰੀ ਵਾਰ ਮੈਂ ਵਾਰੀ ਮੈਂ ਵਾਰਿਆ ਨੀ ਸੰਮੀਏ ਪਹਿਲੀ ਪਹਿਲੀ ਵਾਰ ਦਿਲ ਹਾਰੀ ਮੈਂ ਵਾਰਿਆ ਨੀ ਸੰਮੀਏ ਰਾਤਾਂ ਲੰਮੀਆਂ ਕਾਲੀਆਂ ਨੀ ਸੰਮੀਏ ਸੰਮੀ ਮੇਰੀ ਵਾਰ ਮੈਂ ਵਾਰੀ ਮੈਂ ਵਾਰ ਸੰਮੀ ਮੇਰੀ ਵਾਰ ਮੈਂ ਵਾਰੀ ਮੈਂ ਵਾਰ ਗੌਰਮੈਂਟ ਮਾਡਲ ਹਾਈ ਸਕੂਲ ਚਿਸ਼ਤੀਆਂ ਤੁਹਾਨੂੰ ਖਤਮ ਹੋ ਰਿਹਾ ਹੈ ਕਿ ਅੱਜ ਇੱਥੇ ਗੌਰਮੈਂਟ ਮਾਡਲ ਹਾਈ ਸਕੂਲ ਚਿਸ਼ਤੀਆਂ ਵਿੱਚ ਪੰਜਾਬ ਲੋਕ ਕਲਚਰ ਦਾ ਮੇਲੇ ਦਾ ਇਹਤਮਾਮ ਕੀਤਾ ਗਿਆ ਜਿਹਦੇ ਵਿੱਚ ਕੁਛ ਚੀਜ਼ਾਂ ਅਸੀਂ ਡਿਸਪਲੇ ਕੀਤੀਆਂ ਜਿਹੜੇ ਕਿ ਸਾਡੇ ਪੰਜਾਬੀ ਕਲਚਰ ਦਾ ਹਿੱਸਾ ਉਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਖਾਣੇ ਵਾਲੀਆਂ ਚੀਜ਼ਾਂ ਤੋਂ ਆਗਾਜ਼ ਕੀਤਾ ਕਿ ਖਾਣੇ ਵਾਲੀਆਂ ਚੀਜ਼ਾਂ ਜਿਹੜੀਆਂ ਸਾਡੇ ਪੰਜਾਬੀ ਕਲਚਰ ਦੇ ਵਿੱਚ ਪਿੱਛੇ ਪਾਈਆਂ ਜਾਂਦੀਆਂ ਸੀ ਉਹ ਅੱਜ ਵੀ ਰੀਤਾਂ ਜਿਹੜੀਆਂ ਜ਼ਿੰਦਾ ਨੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਗਲਾਸ ਪਏ ਆ ਜੱਗ ਆ ਛਾਬੀਆਂ ਪਈਆਂ ਹੋਈਆਂ ਪਾਣੀ ਦਾ ਕੂਲਰ ਜਿਹੜਾ ਮਿੱਟੀ ਦਾ ਬਰਤਨ ਆ ਉਸੇ ਤਰ੍ਹਾਂ ਮੌਜੂਦ ਆ
ਤੇ ਸਾਡਾ ਜ਼ਾਹਿਰ ਕਰਦਾ ਕਿ ਸਾਡਾ ਪੰਜਾਬੀ ਕਲਚਰ ਸੀ ਵੀ ਜ਼ਿੰਦਾ ਔਰ ਜ਼ਿੰਦਾ ਰਹੇਗਾ ਇਨਸ਼ਾਅੱਲਾ। ਉਸ ਤੋਂ ਅਗਲੇ ਸਾਲ ਤੇ ਅਸੀਂ ਚੱਲਦੇ ਹਾਂ ਜੀ, ਇੱਥੇ ਵੀ ਸਾਡੀ ਉਹੀ ਤਾਰੀਖ ਜ਼ਿੰਦਾ, ਮਿਨਾਰੇ ਪਾਕਿਸਤਾਨ ਦੀ ਹਿਸਟਰੀ ਜ਼ਿੰਦਾ, ਰੇਡੀਓ ਪਾਕਿਸਤਾਨ ਜਿਵੇਂ ਕਿ ਸਾਡੇ ਪੰਜਾਬ ਦੇ ਲੋਕ ਬੜੇ ਸ਼ੌਕ ਨਾਲ ਸੁਣਦੇ ਸੀ, ਔਰ ਸਭ ਤੋਂ ਪਹਿਲੇ ਪਾਕਿਸਤਾਨ ਦੇ ਵਿੱਚ ਰੇਡੀਓ ਜਿਹੜਾ ਸੀ ਉਹਦਾ ਪ੍ਰੋਗਰਾਮ ਸ਼ੁਰੂ ਹੋਇਆ ਸੀ ਟੀਵੀ ਤੋਂ ਵੀ ਪਹਿਲੇ, ਅਤੇ ਲੋਕ ਜਿਹੜੇ ਸੀ ਮੁਲਕੀ ਹਾਲਾਤ ਜਿਹੜੇ ਆ ਰੇਡੀਓ ਦੇ ਜ਼ਰੀਏ ਸੁਣਦੇ ਸੀ। ਉਸ ਤੋਂ ਬਾਅਦ ਜਿਹੜੀਆਂ ਮੁਖਤਲਿਫ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ, ਮਸਲ ਰੋਟੀਆਂ ਖਾਣ ਅੰਦਰ ਰੱਖਣ ਵਾਸਤੇ ਜਿਹੜਾ ਵੱਡਾ ਹਾਟ ਪਾਟ, ਜਿਹੜਾ ਦੇਸੀ ਹਾਟ ਪਾਟ ਸੀਗਾ, ਛਾਬੀਆਂ ਸੀ, ਉਹਦੇ ਨਾਲ ਜਿਹੜੀਆਂ ਮੁਖਤਲਿਫ ਜੰਗੀ ਆਲਾਤ ਜਿਹੜੇ ਇਸਤੇਮਾਲ ਹੁੰਦੇ, ਤਲਵਾਰਾਂ ਵਗੈਰਾ, ਉਹ ਹੋ ਗਿਆ ਸਾਡੇ ਕਲਚਰ ਦੀ, ਪੰਜਾਬ ਦੀ ਮਸ਼ਹੂਰ ਚੇਅਰ ਜਿਹੜੀ ਆ ਉਹ ਮੌਜੂਦ ਆ ਇੱਥੇ, ਅਤੇ ਜਿਹੜੀ ਤੁਹਾਡੇ ਸਾਹਮਣੇ ਡਿਸਪਲੇ ਵਾਜ਼ੇ ਕਰ ਰਹੀ ਆ। ਉਸ ਤੋਂ ਬਾਅਦ ਅਗਲਾ ਸਟਾਲ ਸਾਡਾ ਲੱਗਾ ਕਿ ਸਾਡੀ ਐਗਰੀਕਲਚਰ ਦੇ ਨਾਲ ਰਿਲੇਟਡ ਆ, ਕਿ ਸਭ ਤੋਂ ਪਹਿਲੇ ਸਾਡਾ ਜ਼ਿਮੀਂਦਾਰ ਜਿਹੜਾ ਸੀ ਬੈਲ ਗਾੜੀ ਨੂੰ ਇਸਤੇਮਾਲ ਕਰਦਾ ਸੀ, ਹਲ ਵਾਹੁੰਦਾ ਸੀ, ਦੇਸੀ ਤਰੀਕੇ ਇਸਤੇਮਾਲ ਕਰਦਾ ਸੀ। ਉਸ ਤੋਂ ਬਾਅਦ ਉਹਨਾਂ ਦੀ ਜਗ੍ਹਾ ਅੱਜ ਕੱਲ੍ਹ ਮਸ਼ੀਨਰੀ ਟਰੈਕਟਰ ਨੇ ਲੈ ਲਈ, ਅਤੇ ਸਾਡਾ ਜ਼ਿਮੀਂਦਾਰ ਆ ਉਹ ਟਰੈਕਟਰ ਇਸਤੇਮਾਲ ਕਰ ਰਿਹਾ, ਲੇਕਿਨ ਉਹਦੇ ਨਾਲ ਨਾਲ ਜਿਹੜੀ ਪੁਰਾਣੀ ਰੀਤਾਂ ਵੀ ਹਜੇ ਵੀ ਜ਼ਿੰਦਾ ਵਾ, ਕਿ ਬੈਲ ਨੂੰ ਵੀ ਇਸਤੇਮਾਲ ਕਰਦਾ ਵਾ। ਬਾਕੀ ਸਾਡੇ ਕਲਚਰ ਦਾ ਹਿੱਸਾ ਉਹੀ ਆ, ਕਿਹੜੇ ਸਾਡੇ ਬਰਤਨ, ਮਿੱਟੀ ਦੇ ਬਰਤਨ ਜਿਹੜੇ ਕਿ ਪੰਜਾਬ ਦੀ, ਬਹਾਵਲਪੁਰ ਦੀ ਖਸੂਸੀ ਤੌਰ 'ਤੇ ਸਕਾਫਤ ਦੀ ਅਸਲ ਮੇਨ ਉਹਦੀ ਮਸ਼ਹੂਰੀ ਆ, ਕਿ ਆਟੇ ਵਾਲੇ ਪੀਸਣ ਵਾਲੀ ਚੱਕੀ ਆ, ਹੱਥ 'ਚ ਫੈਨ ਆ, ਹੱਥ ਵਾਲਾ ਡੋਈ ਆ, ਹਾਂਡੀ ਆ, ਸਾਰੇ ਦੇਸੀ ਤਰੀਕੇ ਆ। ਇਸ ਦੇ ਨਾਲ ਹੀ ਪੰਜਾਬ ਦੀਆਂ ਲੋਕ ਗੇਮਾਂ ਜਿਹੜੀਆਂ ਸੀ ਛੋਟੀਆਂ ਛੋਟੀਆਂ, ਜਿਵੇਂ ਅਸੀਂ ਕਿ ਚਾਲਾਂ ਖੇਡਦੇ ਸੀਗੇ, ਮੁਸਲਫ 12 ਟਹਿਣੀ, 3 ਟਹਿਣੀ, 6 ਟਹਿਣੀ ਜਿਹੜੇ ਖੇਡਦੇ ਸੀ, ਉਹਨਾਂ ਦੀ ਰੀਤ ਵੀ ਹਜੇ ਵੀ ਜ਼ਿੰਦਾ ਜੀ। ਹਾਂਜੀ, ਅਤੇ ਉਹਦੇ ਨਾਲ ਪੁਰਾਣੇ ਜਿਹੜੇ ਨੋਟ ਆ ਥੋੜ੍ਹੇ ਜਿਹੇ, ਉਹਨਾਂ ਦੀ ਸਕਾਫਤ ਨੂੰ ਵੀ ਨੁਮਾਇਆ ਕੀਤਾ ਗਿਆ, ਤਾਂ ਕਿ ਥੋੜ੍ਹਾ ਜਿਹਾ ਸਾਡੇ ਬੱਚੇ, ਸਾਡੀ ਆਉਣ ਵਾਲੀ ਨਸਲ ਜਿਹੜੀ ਆ, ਇਹ ਪੁਰਾਣੀ ਤਾਰੀਖ ਤੋਂ ਵੀ ਥੋੜ੍ਹਾ ਜਿਹਾ ਵੱਖ ਹੋ ਜਾਏ। ਉਸ ਦੇ ਨਾਲ ਨਾਲ ਅਗਲੇ ਵਿੱਚ ਵੀ ਕੁਛ ਘਰ ਦਾ ਕਲਚਰ ਜ਼ਾਹਿਰ ਕੀਤਾ ਗਿਆ, ਕੁਛ ਖੇਤੀਬਾੜੀ ਦੇ ਹਾਲਾਤ ਜਿਹੜੇ ਉਹਨਾਂ ਨੂੰ ਜ਼ਾਹਿਰ ਕੀਤਾ ਗਿਆ, ਜਿਹਦੇ ਵਿੱਚ ਕਿ ਚਰਖਾ ਜਾਂ ਸਭ ਤੋਂ ਜ਼ਿਆਦਾ, ਉਸ ਲਾਲਟਨ ਆ ਗਈ, ਦਰਾਂਤੀ ਆ ਗਈ, ਕੁਲਾੜੀ, ਕੱਸੀ ਜਿਹੜੀ ਆ, ਕਈ ਕਿ ਆਮ ਤੌਰ 'ਤੇ ਇਸਤੇਮਾਲ ਕਰਦੇ ਆ, ਚਾਰਾ ਕੁਤਰਨ ਵਾਲੀ ਮਸ਼ੀਨ ਜਿਹੜੀ ਆ ਉਹ ਪਈ ਆ, ਅੱਗੇ ਘਰ ਦੇ ਇਸਤੇਮਾਲ ਹੋਣ ਵਾਲੇ ਆ, ਸਾਈਕਲ ਦਾ ਨਮੂਨਾ ਜਿਹੜਾ ਅਜੇ ਤੱਕ ਪੁਰਾਣੇ ਕਲਚਰ ਦਾ ਪਿਆ, ਔਰ ਅੱਜ ਵੀ ਇਹ ਸਾਡੇ ਪੰਜਾਬ ਕਲਚਰ ਦਾ ਹਿੱਸਾ ਵਾ, ਔਰ ਪੰਜਾਬ ਕਲਚਰ ਦੇ ਵਿੱਚ ਯੂਜ਼ ਹੋ ਰਿਹਾ। ਉਸ ਤੋਂ ਬਾਅਦ ਜੇ ਸੇਵੀਆਂ ਕੱਢਣ ਵਾਲੀ ਮਸ਼ੀਨ ਆ ਉਹ ਮੌਜੂਦ ਆ, ਜਿਹੜੀ ਕਿ ਸਾਡੇ ਦੇਸੀ ਤਰੀਕਾ ਸੀ। ਹਾਂਜੀ, ਵੱਟਾ ਕੱਢਣ ਵਾਲਾ ਜੰਦਰਾ ਮੌਜੂਦ ਆ, ਇਸ ਤਰ੍ਹਾਂ ਹੀ ਇਸਤੇਮਾਲ ਹੋਣਾ ਲੋਟੇ ਮੌਜੂਦ ਆ, ਮੁਸਤਰਵਾ ਸੱਬਲ ਮੌਜੂਦ ਆ, ਗੜਾ ਕੱਢਣ ਹੋ ਗਈ ਮਸ਼ੀਨ ਹੋ ਗਈ। ਹਾਂਜੀ, ਘੋੜੀ ਆਈ, ਘੋੜਿਆਂ ਸੇਵੀਆਂ ਕੱਢਣ ਵਾਲੀ ਮਸ਼ੀਨ ਆ, ਜਿਹਦੇ ਨਾਲ ਸੇਵੀਆਂ ਕੱਢੀਆਂ, ਪੰਜਾਬੀ ਜਿਹਨੂੰ ਘੋੜੀ ਕਹਿ ਲੈਂਦੇ ਅਸੀਂ, ਅਤੇ ਇਹ ਵੀ ਸਾਡੇ ਕਲਚਰ ਦਾ ਇੱਕ ਹਿੱਸਾ, ਔਰ ਸੇਵੀਆਂ ਦਾ ਸਵਾਦ ਬਿਲਕੁਲ ਆਪਣਾ ਹੀ ਸਵਾਦ ਆ ਇਹਦੇ ਨਾਲ। ਹਾਂਜੀ ਹਾਂਜੀ, ਉਸ ਦੇ ਨਾਲ ਨਾਲ ਅਗਲੇ ਸਾਲ ਤੁਸੀਂ ਚੱਲਣੇ, ਇਹ ਵੀ ਸਾਡੇ ਕਲਚਰ ਦਾ ਹਿੱਸਾ, ਲੇਕਿਨ ਕੁਛ ਡਿਸਪਲੇ ਉਹ ਕੀਤੇ ਹਨ ਜਿਹੜੇ ਕਿ ਸਾਡੇ ਟੈਕਨੀਕਲ ਸਟੂਡੈਂਟਾਂ ਨੇ ਖੁਦ ਤਿਆਰ ਕੀਤੀਆਂ ਹੋਈਆਂ ਆਪਣੀ ਚੀਜ਼ਾਂ ਜਿਹੜੀਆਂ ਲੈਬ ਦੇ ਵਿੱਚ, ਆਪਣੀ ਵਰਕਸ਼ਾਪ ਦੇ ਵਿੱਚ। ਇਹਦੇ ਵਿੱਚ ਮਿਨਾਰੇ ਪਾਕਿਸਤਾਨ ਆ ਗਿਆ, ਇਹ ਹੈਲੀਕਾਪਟਰ ਆ ਗਿਆ, ਔਰ ਉਹਦੇ ਨਾਲ ਹੀ ਪਰਲੇ ਬੜੇ ਖਸੂਸੀ ਤੌਰ 'ਤੇ ਆ ਚਾਟੀ ਅਤੇ ਮਧਾਣੀ, ਲੇਕਿਨ ਇਹਦੇ ਨਾਲ ਦੀ ਜਿਹੜੀ ਡਿਸਪਲੇ ਦਿੱਤੀ ਜਾਂਦੀ ਹੈ ਜਿਹੜੀ ਕਿ ਬੱਚਿਆਂ ਨੇ ਤਿਆਰ ਕੀਤੀ ਆ, ਉਹ ਖੁਦ ਬਖੁਦ ਉਹਨਾਂ ਨੇ ਲੋਹੇ ਦੀਆਂ ਸਲਾਖਾਂ ਲੈ ਕੇ ਅਤੇ ਉਹਦੇ ਨਾਲ ਤਿਆਰ ਕੀਤੀ ਕਿ ਔਰਤ ਜਿਹੜੀ ਆ ਮਧਾਣੀ ਜਿਹੜੀ ਹੈ ਚਲਾਈ ਜਾਂਦੀ ਆ, ਅਤੇ ਇਹਦੇ ਵਿੱਚ ਲੋਹੇ ਦੇ ਨਾਲ ਡਿਸਪਲੇਸ ਕੀਤੀ ਜਾਂਦੀ ਆ। ਹਾਂਜੀ, ਇਹ ਮਧਾਣੀ ਆ, ਇਹ ਦੇਖੋ ਇਹ ਮਾਈ ਬੈਠੀ ਆ, ਉਸੇ ਤਰ੍ਹਾਂ ਡਿਸਪਲੇ ਬੱਚਿਆਂ ਨੇ ਬਣਾਇਆ, ਬੜੀ ਕੋਸ਼ਿਸ਼ ਨਾਲ ਬਣਾਇਆ, ਔਰ 7ਵੀਂ 8ਵੀਂ ਦੇ ਬੱਚਿਆਂ ਨੇ ਬਣਾਇਆ ਹੋਇਆ। ਉਸ ਦੇ ਨਾਲ ਸਾਡੇ ਪੰਜਾਬੀ ਕਲਚਰ ਦਾ ਸ਼ਾਮ ਦੀ ਬੈਠਕ ਦਾ ਮੰਤਵ ਪੇਸ਼ ਕੀਤਾ ਜਾ ਰਿਹਾ, ਕਿ ਸ਼ਾਮ ਨੂੰ ਬੈਠਕ ਦੇ ਵਿੱਚ ਬੈਠ ਕੇ ਇੱਕ ਚੁਪਾਲ 'ਤੇ ਬੈਠ ਕੇ ਕਿੱਦਾਂ ਸਾਡੇ ਜ਼ਿਮੀਂਦਾਰ ਹੋਕਾ ਪੀਂਦੇ ਸੀ, ਆਪਣੀ ਗੱਪਸ਼ਪ ਕਰਦੇ ਸੀ, ਆਪਣੇ ਦੁੱਖ ਦਰਦ ਸਾਂਝੇ ਕਰਦੇ ਸੀ, ਆਪਣੀ ਖੇਤੀਬਾੜੀ ਵਾਸਤੇ ਮੁਖਤਲਿਫ ਗੱਲਾਂ ਕਰਦੇ ਸੀ, ਅਤੇ ਉਹਦੇ ਨਾਲ ਇੱਕ ਦੂਜੇ ਦੇ ਨਾਲ ਸਾਰਾ ਮਸਲੇ ਜਿਹੜੇ ਸੀ ਸ਼ੇਅਰ ਕਰਦੇ ਸੀ, ਔਰ ਇੱਕ ਦੂਜੇ ਨਾਲ ਬਾਹਮੀ ਮੁਹੱਬਤ ਅਤੇ ਪਿਆਰ ਨਾਲ ਰਹਿੰਦੇ ਸੀ, ਔਰ ਉਹਨਾਂ ਦਾ ਪਿਆਰ ਮੁਹੱਬਤ ਅੱਜ ਵੀ ਜ਼ਿੰਦਾ, ਔਰ ਇਹ ਰੀਤਾਂ ਇਨਸ਼ਾਅੱਲਾ ਹਮੇਸ਼ਾ ਜ਼ਿੰਦਾ ਹੈ ਔਰ ਜ਼ਿੰਦਾ ਹੀ ਰਹਿਣਗੀਆਂ। ਮਾਡਲ ਹਾਈ ਸਕੂਲ ਚਿਸ਼ਤੀਆਂ, ਧੰਨਵਾਦ। ਹਾਂਜੀ, ਪਿਆਰੇ ਪੰਜਾਬੀ ਵੀਰੋ, ਭੈਣਾਂ ਅਤੇ ਭਾਈਓ, ਆਹ ਸੀ ਜੀ ਚਿਸ਼ਤੀਆਂ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਦਰਸਗਾਹ, ਗੌਰਮੈਂਟ ਮਾਡਲ ਹਾਈ ਸਕੂਲ ਦੇ ਵਿੱਚ ਸਜਿਆ ਹੋਇਆ ਇੱਕ ਸਕਾਫਤੀ ਮੇਲਾ, ਜਿਹਦੇ ਵਿੱਚ ਤੁਹਾਨੂੰ ਦਿਖਾਏ ਕੁਛ ਪੰਜਾਬ ਦੇ ਸਕਾਫਤੀ ਰੰਗ, ਲੁੱਡੀ, ਢੋਲ, ਕੁਛ ਸਾਡੇ ਜਿਹੜੇ ਬੱਚੇ ਸੀ ਉਹਨਾਂ ਨੇ ਪੰਜਾਬੀ ਗਾਣੇ ਵੀ ਪੇਸ਼ ਕੀਤੇ, ਅਤੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਰੱਖਿਆ ਪੰਜਾਬ ਦੀ ਉਹ ਭੁੱਲਦੀ ਹੋਈ ਸਕਾਫਤ, ਜਿਹੜੀ ਕਿ ਸਾਡੀਆਂ ਨਵੀਆਂ ਨਸਲਾਂ ਦੀਆਂ ਨਜ਼ਰਾਂ ਤੋਂ ਓਝਲ ਹੁੰਦੀ ਜਾਂਦੀ ਆ, ਗਵਾਚਦੀ ਜਾਂਦੀ, ਉਹਨੂੰ ਤੁਹਾਡੇ ਸਾਹਮਣੇ ਰੱਖਿਆ। ਅਤੇ ਸਭ ਤੋਂ ਵੱਡੀ ਸੁਗਾਤ ਹੈ ਜੀ, ਇਸ ਵੇਲੇ ਇੱਥੇ ਮੱਕੀ ਦੀ ਰੋਟੀ ਅਤੇ ਸਾਗ ਅਤੇ ਵਿੱਚ ਮੱਖਣ ਵੀ ਪਾਇਆ, ਮੱਖਣ ਆ ਕਿ ਘਿਓ ਆ ਜੀ, ਮੱਖਣ ਪਾਇਆ ਜੀ। ਅੱਛਾ ਜੀ, ਅਤੇ ਆਓ ਜੀ ਸਾਰੇ ਚੈੱਕ ਕਰਦੇ ਹਾਂ ਜੀ ਇਹਨੂੰ ਥੋੜ੍ਹਾ ਥੋੜ੍ਹਾ, ਅਤੇ ਇਹਦੇ ਨਾਲ ਹੀ ਤੁਹਾਡੇ ਕੋਲੋਂ ਲਵਾਂਗੇ ਜੀ ਅਸੀਂ ਇਜਾਜ਼ਤ। ਦੋਸਤੋ ਜਿਹੜਾ ਨਾ ਜੀ ਇੱਕ ਇਹਦਾ ਸਵਾਦ ਹੀ ਵੱਖਰਾ ਹੁੰਦਾ, ਅਤੇ ਇਸ ਸਵਾਦ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ।
फिर मिलांगे एक नवी वीडियो उदों तक लई अल्लाह हाफिज़।